ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਯਾਦਗਾਰ ਵਿੱਚ ਝੀਲ ਦਾ ਨਿਰਮਾਣ ਕੀਤਾ ਜਾਵੇਗਾ। ਉਹਨੇ ਇਹ ਵੀ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਕੋਰੀਡੋਰ ਵੀ ਬਣਾਇਆ ਜਾਵੇਗਾ। ਚੰਦੂ ਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟਾਂ ਲਈ ਤਕਰੀਬਨ 50 ਕਰੋੜ ਰੁਪਏ ਜਲਦ ਹੀ ਰਿਲੀਜ਼ ਕੀਤੇ ਜਾਣਗੇ। ਮਹੇਸ਼ ਸ਼ਰਮਾ ਜੀ ਨੂੰ ਮੈਂ ਮਿਲਿਆ ਉਹਦੇ ਲਈ ਨਾ, ਸ੍ਰੀ ਅਨੰਦਪੁਰ ਸਾਹਿਬ ਦਾ ਇੱਕ ਪ੍ਰੋਜੈਕਟ ਹੈ ਸਵੇਸੀ ਜਾਗਰਣ ਦੇ ਤਹਿਤ 50 ਕਰੋੜ ਦਾ ਤਕਰੀਬਨ। ਇੱਕ ਤਾਂ ਅਨੰਦਪੁਰ ਸਾਹਿਬ ਵਿਰਾਸਤੇ ਖਾਲਸਾ ਦੇ ਨਾਲ ਲੇਕ ਬਣਾਉਣ ਦਾ, ਇੱਕ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਇੱਕ ਕੋਰੀਡੋਰ ਜਿਵੇਂ ਅੰਮ੍ਰਿਤਸਰ ਸਾਹਿਬ ਬਣਾਇਆ ਉਵੇਂ ਦਾ, ਉਹ ਪ੍ਰਪੋਜ਼ਲ ਥਰੂ ਕਰਨ ਵਾਸਤੇ ਕਿਹਾ ਵੀ ਜਲਦੀ ਪੈਸਾ ਰਿਲੀਜ਼ ਕਰੋ। ਔਰ ਉਹਨਾਂ ਨੇ ਕਿਹਾ ਵੀ ਅਸੀਂ ਵਿਦ ਇਨ ਮੰਥ ਅਸੀਂ ਪੈਸਾ ਰਿਲੀਜ਼ ਕਰ ਦਾਂਗੇ ਅਤੇ ਉੱਥੇ ਕੰਮ ਸ਼ੁਰੂ ਹੋ ਜਾਏਗਾ। ਨਾਲ ਹੀ ਰੋਪੜ ਦੇ ਵਿੱਚ ਵੀ ਇੱਕ ਪ੍ਰਕਾਸ਼ੀਆ ਹੋਟਲ ਹੁੰਦਾ ਸੀ, ਉਹਦੀ ਥਾਂ 'ਤੇ ਅਸੀਂ ਰਿਜ਼ੋਰਟ ਬਣਾ ਕੇ ਲੈਂਡਸਕੇਪਿੰਗ, ਉਹ ਵੀ ਪ੍ਰਪੋਜ਼ਲ ਭੇਜੀ ਹੋਈ ਹੈ ਕਾਫੀ ਦੇਰ ਦੀ, ਉਹਦਾ ਵੀ ਵਿਦ ਇਨ ਮੰਥ ਪੈਸਾ ਰਿਲੀਜ਼ ਕਰਨ ਲਈ ਕਿਹਾ, ਇਹਨਾਂ ਨੇ ਕੰਮ ਸ਼ੁਰੂ ਹੋ ਜਾਣਾ।